ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ। ਅੱਜ ਬਣਾਵਾਂਗੇ ਆਪਾਂ ਸਾਰਿਆਂ ਦੀ ਫੇਵਰੇਟ ਅਰਬੀ ਦੀ ਸੁੱਕੀ ਸਬਜ਼ੀ। ਅਰਬੀ ਦੀ ਸਬਜ਼ੀ ਖਾਣਾ ਸਭ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ। ਬੱਚੇ ਹੋਣ ਜਾਂ ਵੱਡੇ, ਸਾਰੇ ਅਰਬੀ ਦੀ ਸਬਜ਼ੀ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਅਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ, ਜੇ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਅਤੇ ਆਓ ਬਹੁਤ ਹੀ ਟੇਸਟੀ ਅਰਬੀ ਦੀ ਸਬਜ਼ੀ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ। ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ 500 ਗ੍ਰਾਮ ਅਰਬੀ ਲਈ ਹੈ। ਅਰਬੀ ਜਿਹੜੀ ਹੈ ਆਪਾਂ ਬਿਲਕੁਲ ਸਾਫ਼ ਸੁਥਰੀ ਇਸ ਤਰੀਕੇ ਦੀ ਲੈਣੀ ਹੈ, ਇਹਦੇ ਵਿੱਚ ਕੋਈ ਵੀ ਗੰਢਾਂ ਵਗੈਰਾ ਨਹੀਂ ਹੋਣੀਆਂ ਚਾਹੀਦੀਆਂ। ਅਤੇ ਹੁਣ ਆਪਾਂ ਅਰਬੀ ਦਾ ਪਹਿਲਾਂ ਛਿਲਕਾ ਉਤਾਰ ਲਵਾਂਗੇ। ਅਤੇ ਅਰਬੀ ਦਾ ਛਿਲਕਾ ਉਤਾਰਨ ਤੋਂ ਪਹਿਲਾਂ ਹੱਥਾਂ ਨੂੰ ਸਰ੍ਹੋਂ ਦਾ ਤੇਲ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਅਰਬੀ ਵਿੱਚ ਜਿਹੜੀ ਕੰਢ ਹੁੰਦੀ ਹੈ ਹੱਥਾਂ ਨੂੰ ਬਹੁਤ ਜ਼ਿਆਦਾ ਲੱਗਦੀ ਹੈ। ਇਸ ਕਰਕੇ ਸਰ੍ਹੋਂ ਦਾ ਤੇਲ ਲਗਾ ਕੇ ਇਹ ਅਰਬੀ ਨੂੰ ਛਿਲਣਾ ਚਾਹੀਦਾ ਹੈ। ਸਾਰੀ ਅਰਬੀ ਆਪਾਂ ਇਸੇ ਤਰੀਕੇ ਨਾਲ ਛਿਲਕੇ ਤਿਆਰ ਕਰ ਲਵਾਂਗੇ। ਅਤੇ ਅਰਬੀ ਜਿਹੜੀ ਹੈ ਹੁਣ ਮੈਂ ਛਿਲਕੇ ਤਿਆਰ ਕਰ ਲਈ ਹੈ। ਅਤੇ ਅਰਬੀ ਨੂੰ ਆਪਾਂ ਪਹਿਲਾਂ ਕੱਟਾਂਗੇ, ਫਿਰ ਆਪਾਂ ਇਹਨੂੰ ਵਾਸ਼ ਕਰਾਂਗੇ। ਹੁਣ ਮੈਂ ਹੱਥਾਂ ਨੂੰ ਸਰ੍ਹੋਂ ਦਾ ਇੱਕ ਵਾਰੀ ਤੇਲ ਲਗਾ ਲਿਆ ਹੈ, ਇਸ ਤਰੀਕੇ ਨਾਲ ਤੇਲ ਚੰਗੀ ਤਰ੍ਹਾਂ ਲਗਾ ਲੈਣਾ ਹੈ। ਤਾਂ ਹੁਣ ਆਪਾਂ ਅਰਬੀ ਦੀ ਕਟਿੰਗ ਕਰਾਂਗੇ। ਅਤੇ ਅਰਬੀ ਨੂੰ ਆਪਾਂ ਲੰਬੇ ਲੰਬੇ ਪੀਸਾਂ ਵਿੱਚ ਕੱਟ ਲਵਾਂਗੇ। ਤੁਸੀਂ ਚਾਹੋ ਤਾਂ ਅਰਬੀ ਨੂੰ ਗੋਲ ਪੀਸ ਵਿੱਚ ਵੀ ਕੱਟ ਕੇ ਤਿਆਰ ਕਰ ਸਕਦੇ ਹੋ। ਜੇ ਆਪਾਂ ਅਰਬੀ ਨੂੰ ਪਹਿਲਾਂ ਹੀ ਧੋ ਲਵਾਂਗੇ ਤਾਂ ਇਹਨੂੰ ਕੱਟਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਗਿੱਲੀ ਅਰਬੀ ਤਿਲਕਦੀ ਬਹੁਤ ਜ਼ਿਆਦਾ ਹੈ ਅਤੇ ਗਿੱਲੀ ਅਰਬੀ ਹੱਥਾਂ ਨੂੰ ਲੱਗਦੀ ਵੀ ਬਹੁਤ ਜ਼ਿਆਦਾ ਹੈ। ਇਸ ਕਰਕੇ ਆਪਾਂ ਇਹਦੀ ਕਟਿੰਗ ਕਰਕੇ ਫਿਰ ਇਹਨੂੰ ਵਾਸ਼ ਕਰਾਂਗੇ। ਅਰਬੀ ਸੁੱਕੀ ਇਸ ਤਰੀਕੇ ਨਾਲ ਕੱਟਣੀ ਬਹੁਤ ਜ਼ਿਆਦਾ ਆਸਾਨ ਹੋ ਜਾਂਦੀ ਹੈ, ਬਿਲਕੁਲ ਤਿਲਕਦੀ ਨਹੀਂ ਹੈ। ਸਾਰੀ ਅਰਬੀ ਇਸੇ ਤਰੀਕੇ ਨਾਲ ਆਪਾਂ ਫਟਾਫਟ ਕੱਟ ਲਵਾਂਗੇ। ਹੁਣ ਮੈਂ ਸਾਰੀ ਅਰਬੀ ਕੱਟ ਕੇ ਰੱਖ ਲਈ ਹੈ। ਇਸ ਤਰ੍ਹਾਂ ਦੇ ਪੀਸ ਆਪਾਂ ਕੱਟੇ ਹਨ, ਨਾ ਬਹੁਤ ਜ਼ਿਆਦਾ ਮੋਟੇ ਹਨ ਨਾ ਬਹੁਤ ਜ਼ਿਆਦਾ ਪਤਲੇ ਹਨ। ਅਤੇ ਇਸ ਅਰਬੀ ਨੂੰ ਆਪਾਂ 3 ਤੋਂ 4 ਵਾਰੀ ਖੁੱਲ੍ਹੇ ਪਾਣੀ ਵਿੱਚ ਪਾ ਕੇ ਵਾਸ਼ ਕਰਨਾ ਹੈ। ਅਤੇ ਅਰਬੀ ਨੂੰ ਹੁਣ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ, 3 ਤੋਂ 4 ਵਾਰੀ ਸਾਫ਼ ਪਾਣੀ ਨਾਲ ਵਾਸ਼ ਕੀਤਾ ਹੈ ਅਤੇ ਪਤੀਲੇ ਦੇ ਵਿੱਚ ਪਾ ਕੇ ਖੁੱਲ੍ਹੇ ਪਾਣੀ 'ਚ ਵਾਸ਼ ਕੀਤਾ ਹੈ। ਇਸ ਤਰ੍ਹਾਂ ਆਪਾਂ ਦੇਖਾਂਗੇ ਬਿਲਕੁਲ ਇਹਦੇ ਉੱਪਰ ਕੋਈ ਵੀ ਚਿਪਚਿਪਾਪਨ ਨਹੀਂ ਹੈਗਾ, ਬਿਲਕੁਲ ਸਾਫ਼ ਸੁਥਰੀ ਆਪਣੀ ਹੁਣ ਅਰਬੀ ਹੈ ਅਤੇ ਟੋਕਰੀ ਵਿੱਚ ਹਲੇ ਪਈ ਰਹਿਣ ਦੇਵਾਂਗੇ। ਹੁਣ ਮੈਂ ਗੈਸ ਦੇ ਉੱਪਰ ਕੜਾਹੀ ਰੱਖੀ ਹੈ, ਇਹਦੇ ਵਿੱਚ ਪਾਵਾਂਗੇ 4 ਚਮਚ ਸਰ੍ਹੋਂ ਦਾ ਤੇਲ। ਕੁਕਿੰਗ ਆਇਲ ਤੁਸੀਂ ਆਪਣੀ ਮਨਪਸੰਦ ਦਾ ਕੋਈ ਵੀ ਲੈ ਸਕਦੇ ਹੋ। ਤੇਲ ਹੁਣ ਗਰਮ ਹੋ ਗਿਆ ਹੈ ਅਤੇ ਇਹਦੇ ਵਿੱਚ ਆਪਾਂ ਕੱਟੀ ਹੋਈ ਅਰਬੀ ਪਾ ਦੇਵਾਂਗੇ। ਅਤੇ ਅਰਬੀ ਨੂੰ ਆਪਾਂ ਹਾਈ ਫਲੇਮ 'ਤੇ ਹਲੇ ਇਸ ਤਰੀਕੇ ਨਾਲ ਹਿਲਾਉਂਦੇ ਹੋਏ ਪਕਾਵਾਂਗੇ। ਅਤੇ ਅਰਬੀ ਨੂੰ ਆਪਾਂ ਹਲੇ ਖੁੱਲ੍ਹੇ ਇਸ ਤਰੀਕੇ ਨਾਲ ਪਕਾਵਾਂਗੇ, ਵਿੱਚ ਵਿੱਚ ਇਸ ਤਰੀਕੇ ਨਾਲ ਹਿਲਾਉਂਦੇ ਰਹਾਂਗੇ ਜਦੋਂ ਤੱਕ ਕਿ ਅਰਬੀ ਚੰਗੀ ਤਰ੍ਹਾਂ ਡਰਾਈ ਜੀ ਨਹੀਂ ਹੋ ਜਾਂਦੀ। ਅਤੇ 1 ਮਿੰਟ ਅਰਬੀ ਨੂੰ ਆਪਾਂ ਇਸੇ ਤਰੀਕੇ ਨਾਲ ਹਲੀ ਪੈ ਰਹਿਣ ਦੇਵਾਂਗੇ। ਅਤੇ ਇਸ ਤਰੀਕੇ ਨਾਲ ਆਪਾਂ ਅਰਬੀ ਨੂੰ ਵਿੱਚ ਵਿੱਚ ਹਿਲਾਉਂਦੇ ਜਾਵਾਂਗੇ ਤਾਂ ਕਿ ਚਿਪਚਿਪਾਪਨ ਜਿਹੜਾ ਮਾੜਾ ਮੋਟਾ ਹੋਏਗਾ ਉਹ ਵੀ ਖਤਮ ਹੋ ਜਾਏਗਾ, ਅਰਬੀ ਇੱਕਦਮ ਆਪਣੀ ਡਰਾਈ ਜੀ ਹੋ ਜਾਏਗੀ ਅਤੇ ਵਧੀਆ ਬਣ ਕੇ ਤਿਆਰ ਹੋਏਗੀ। ਹੁਣ ਅਰਬੀ ਨੂੰ ਮੈਂ ਹਾਈ ਫਲੇਮ 'ਤੇ ਇਸ ਤਰੀਕੇ ਨਾਲ 5 ਮਿੰਟ ਪਕਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਅਰਬੀ ਦਾ ਕਲਰ ਜਿਹੜਾ ਹੈ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ, ਅਰਬੀ ਹੁਣ ਡਰਾਈ ਹੋਣੀ ਸ਼ੁਰੂ ਹੋ ਗਈ ਹੈ। ਅਤੇ ਹੁਣ ਆਪਾਂ ਅਰਬੀ ਨੂੰ ਢੱਕ ਕੇ 5 ਮਿੰਟ ਮੀਡੀਅਮ ਫਲੇਮ 'ਤੇ ਪਕਾਵਾਂਗੇ ਤਾਂ ਕਿ ਅਰਬੀ ਸੌਫਟ ਹੋ ਜਾਵੇ। ਅਤੇ ਹੁਣ 5 ਮਿੰਟ ਬਾਅਦ ਆਪਾਂ ਅਰਬੀ ਨੂੰ ਚੈੱਕ ਕਰਾਂਗੇ। ਅਰਬੀ ਨੂੰ ਆਪਾਂ ਫਿਰ ਤੋਂ ਇਸ ਤਰੀਕੇ ਨਾਲ ਹਿਲਾਵਾਂਗੇ। ਤੁਸੀਂ ਦੇਖ ਸਕਦੇ ਹੋ ਕਲਰ ਅਰਬੀ ਦਾ ਗੋਲਡਨ ਜਿਹਾ ਹੋ ਗਿਆ ਹੈ, ਬਹੁਤ ਹੀ ਵਧੀਆ ਆਪਣੀ ਅਰਬੀ ਦਾ ਕਲਰ ਆ ਗਿਆ ਹੈ। ਗੈਸ ਦੀ ਫਲੇਮ ਹਾਈ ਕਰਕੇ ਮੈਂ ਅਰਬੀ ਨੂੰ 2 ਮਿੰਟ ਹੋਰ ਪਕਾ ਲਿਆ ਹੈ। ਤੁਸੀਂ ਦੇਖ ਸਕਦੇ ਹੋ ਕਲਰ ਕਿੰਨਾ ਜ਼ਿਆਦਾ ਵਧੀਆ ਆਇਆ ਹੈ, ਅਰਬੀ ਆਪਣੀ ਇੱਕਦਮ ਗੋਲਡਨ ਜੀ ਬਣ ਕੇ ਤਿਆਰ ਹੋ ਗਈ ਹੈ। ਅਤੇ ਅਰਬੀ ਅੰਦਰ ਤੱਕ ਚੰਗੀ ਤਰ੍ਹਾਂ ਪਕਾਉਣੀ ਚਾਹੀਦੀ ਹੈ, ਅੰਦਰ ਤੱਕ ਅਰਬੀ ਆਪਣੀ ਸੌਫਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕੱਚੀ ਅਰਬੀ ਹੋਏਗੀ ਤਾਂ ਇਹਦੇ ਨਾਲ ਗਲਾ ਖਰਾਬ ਹੋਣ ਦੇ ਚਾਂਸ ਵੱਧ ਜਾਂਦੇ ਹਨ।
ਅਤੇ ਹੁਣ ਆਪਣੀ ਅਰਬੀ ਬਿਲਕੁਲ ਵਧੀਆ ਤਰੀਕੇ ਨਾਲ ਫਰਾਈ ਹੋ ਗਈ ਹੈ ਅਤੇ ਇਹਨੂੰ ਆਪਾਂ ਪਲੇਟ ਵਿੱਚ ਬਾਹਰ ਕੱਢ ਲਵਾਂਗੇ। ਹੁਣ ਇਸੇ ਕੜਾਈ ਵਿੱਚ ਆਪਾਂ 2 ਚਮਚ ਤੇਲ ਦੀ ਹੋੜ ਪਾਵਾਂਗੇ। ਤੇਲ ਨੂੰ ਹੁਣ ਆਪਾਂ ਫਿਰ ਤੋਂ ਗਰਮ ਕਰ ਲਵਾਂਗੇ। ਤੇਲ ਹੁਣ ਗਰਮ ਹੋ ਗਿਆ ਹੈ ਅਤੇ ਇਹਦੇ ਵਿੱਚ ਆਪਾਂ 1/2 ਚਮਚ ਜੀਰਾ ਪਾ ਦੇਵਾਂਗੇ। ਤਾਂ ਬਿਲਕੁਲ ਥੋੜ੍ਹੀ ਜਿਹੀ ਆਪਾਂ ਇਹਦੇ ਵਿੱਚ ਹਿੰਗ ਪਾਉਣੀ ਹੈ, ਜੇ ਘਰ ਵਿੱਚ ਹਿੰਗ ਹੋਵੇ ਤੁਸੀਂ ਜ਼ਰੂਰ ਪਾ ਦਿਓ। 1/2 ਚਮਚ ਇਹਦੇ ਵਿੱਚ ਅਜਵਾਇਨ ਪਾਵਾਂਗੇ। ਅਰਬੀ ਵਿੱਚ ਅਜਵਾਇਨ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ। ਹਲਕਾ ਜਿਹਾ ਇਹਨਾਂ ਚੀਜ਼ਾਂ ਨੂੰ ਆਪਾਂ ਇਸ ਤਰੀਕੇ ਨਾਲ ਫਰਾਈ ਕਰ ਲਵਾਂਗੇ। ਹੁਣ 1 ਚਮਚ ਕੁੱਟਿਆ ਹੋਇਆ ਅਦਰਕ ਅਤੇ ਲਸਣ ਪਾ ਦੇਵਾਂਗੇ। 4-5 ਕਲੀਆਂ ਲਸਣ ਦੀਆਂ, 1/2 ਇੰਚ ਅਦਰਕ ਨੂੰ ਮੈਂ ਕੁੱਟ ਕੇ ਲਿਆ ਹੈ ਅਤੇ ਇਹਨਾਂ ਨੂੰ ਆਪਾਂ ਲਾਈਟ ਜਿਹਾ ਗੋਲਡਨ ਹੋਣ ਤੱਕ ਪਕਾਵਾਂਗੇ। 1 ਵੱਡੇ ਸਾਈਜ਼ ਦਾ ਪਿਆਜ਼ ਬਿਲਕੁਲ ਫਰੀ ਕੱਟ ਕੇ ਪਾ ਦੇਵਾਂਗੇ, ਜਾਂ ਫਿਰ ਤੁਸੀਂ 2 ਮੀਡੀਅਮ ਸਾਈਜ਼ ਦੇ ਪਿਆਜ਼ ਵੀ ਲੈ ਸਕਦੇ ਹੋ ਅਤੇ ਪਿਆਜ਼ ਵੀ ਆਪਾਂ ਲਾਈਟ ਜਿਹਾ ਗੋਲਡਨ ਹੋਣ ਤੱਕ ਪਕਾ ਲਵਾਂਗੇ। ਤੜਕੇ ਦੇ ਵਿੱਚ ਮੈਂ ਬਹੁਤ ਘੱਟ ਤੇਲ ਯੂਜ਼ ਕੀਤਾ ਹੈ ਕਿਉਂਕਿ ਆਪਾਂ ਅਰਬੀ ਫਰਾਈ ਕੀਤੀ ਹੈ, ਇਸ ਕਰਕੇ ਘੱਟ ਤੇਲ ਯੂਜ਼ ਕਰਾਂਗੇ ਤਾਂ ਅਰਬੀ ਟੇਸਟੀ ਬਣ ਕੇ ਤਿਆਰ ਹੋਏਗੀ। ਹੁਣ ਆਪਣਾ ਜਿਹੜਾ ਪਿਆਜ਼ ਹੈ ਬਹੁਤ ਵਧੀਆ ਲਾਈਟ ਜਿਹਾ ਗੋਲਡਨ ਹੋ ਗਿਆ ਹੈ। ਹੁਣ ਸਵਾਦ ਅਨੁਸਾਰ ਇਹਦੇ ਵਿੱਚ ਨਮਕ ਪਾਵਾਂਗੇ। ਇੱਥੇ ਮੈਂ 1/2 ਚਮਚ ਨਮਕ ਦਾ ਲਿਆ ਹੈ ਅਤੇ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਚਮੇ ਦਾ 1/4 ਹਿੱਸਾ ਅਤੇ ਚਮੇ ਦਾ 1/4 ਹਿੱਸਾ ਆਪਾਂ ਹਲਦੀ ਪਾਊਡਰ ਲਵਾਂਗੇ। 1/2 ਚਮਚ ਇਹਦੇ ਵਿੱਚ ਆਪਾਂ ਧਨੀਆ ਪਾਊਡਰ ਪਾ ਦੇਵਾਂਗੇ ਅਤੇ ਮਸਾਲੇ ਪਾ ਕੇ ਸਿਰਫ ਆਪਾਂ 15-20 ਸੈਕਿੰਡ ਵਾਸਤੇ ਇਹਨਾਂ ਨੂੰ ਪਕਾਉਣਾ ਹੈ ਕਿਉਂਕਿ ਇਹਦੇ ਵਿੱਚ ਤੇਲ ਬਹੁਤ ਘੱਟ ਹੈ, ਤੜਕਾ ਆਪਣਾ ਡਰਾਈ ਹੈ, ਇਸ ਕਰਕੇ ਬਹੁਤ ਜ਼ਿਆਦਾ ਨਹੀਂ ਪਕਾਵਾਂਗੇ ਅਤੇ ਮਸਾਲੇ ਜਲ ਜਾਣਗੇ। ਹੁਣ ਮੈਂ 2 ਟਮਾਟਰ ਅਤੇ 2 ਹਰੀਆਂ ਮਿਰਚਾਂ ਨੂੰ ਇਸ ਤਰੀਕੇ ਨਾਲ ਮਿਕਸੀ ਵਿੱਚ ਪੀਸ ਕੇ ਤਿਆਰ ਕੀਤਾ ਹੈ, ਇਹ ਵੀ ਆਪਾਂ ਤੜਕੇ ਦੇ ਵਿੱਚ ਪਾ ਦੇਵਾਂਗੇ ਅਤੇ ਟਮਾਟਰਾਂ ਨੂੰ ਆਪਾਂ ਪਾਣੀ ਸੁੱਕਣ ਤੱਕ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਪਕਾ ਲਵਾਂਗੇ। ਟਮਾਟਰ ਵੀ ਬਹੁਤ ਵਧੀਆ ਤਰੀਕੇ ਨਾਲ ਪੱਕ ਗਿਆ ਹੈ, ਤੜਕਾ ਆਪਣਾ ਹੁਣ ਬਿਲਕੁਲ ਤਿਆਰ ਹੋ ਗਿਆ ਹੈ ਅਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ 1/2 ਚਮਚ ਆਮਚੂਰ ਦਾ ਪਾਊਡਰ, ਜਾਂ ਤੁਸੀਂ ਇੱਥੇ 1 ਚਮਚ ਅਨਾਰਦਾਣੇ ਦਾ ਪਾਊਡਰ ਵੀ ਪਾ ਸਕਦੇ ਹੋ। ਇਹਦੇ ਨਾਲ ਸਬਜ਼ੀ ਬਹੁਤ ਵਧੀਆ ਚਟਪਟੀ ਬਣ ਕੇ ਤਿਆਰ ਹੁੰਦੀ ਹੈ ਅਤੇ ਚਮਚੇ ਦਾ 1/4 ਹਿੱਸਾ ਪਾਵਾਂਗੇ ਗਰਮ ਮਸਾਲਾ, ਥੋੜ੍ਹਾ ਜਿਹਾ ਫਿਰ ਕੱਟਿਆ ਹਰਾ ਧਨੀਆ ਪਾ ਦੇਵਾਂਗੇ ਅਤੇ ਹਲਕਾ ਜਿਹਾ ਮਿਕਸ ਕਰਾਂਗੇ। ਧਨੀਆ ਨੂੰ ਜਦੋਂ ਆਪਾਂ ਇਸ ਤਰੀਕੇ ਨਾਲ ਤੜਕੇ ਨਾਲ ਹਲਕਾ ਜਿਹਾ ਭੁੰਨਾਂਗੇ ਤਾਂ ਆਪਣੀ ਸਬਜ਼ੀ ਦੀ ਲੁੱਕ ਬਹੁਤ ਜ਼ਿਆਦਾ ਵੱਧ ਜਾਏਗੀ। ਬਸ ਬਹੁਤ ਜ਼ਿਆਦਾ ਨਹੀਂ ਭੁੰਨਾਂਗੇ, ਬਸ ਆਪਾਂ 15 ਸੈਕਿੰਡ ਵਾਸਤੇ ਇਹਨਾਂ ਨੂੰ ਮਿਕਸ ਹੀ ਕੀਤਾ ਹੈ ਅਤੇ ਇਹਦੇ ਵਿੱਚ ਆਪਾਂ ਹੁਣ ਫਰਾਈ ਕੀਤੀ ਹੋਈ ਅਰਬੀ ਪਾ ਦੇਵਾਂਗੇ। ਤਾਂ ਫਲੇਮ ਨੂੰ ਆਪਾਂ ਇੱਥੇ ਮੀਡੀਅਮ ਰੱਖਾਂਗੇ ਅਤੇ ਮੀਡੀਅਮ ਫਲੇਮ 'ਤੇ ਆਪਾਂ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਅਰਬੀ ਨੂੰ ਮਿਕਸ ਕਰ ਦੇਵਾਂਗੇ। ਹੁਣ ਆਪਣੀ ਅਰਬੀ ਬਿਲਕੁਲ ਸੌਫਟ ਹੈ, ਇਹਨੂੰ ਆਪਾਂ ਬਹੁਤ ਧਿਆਨ ਨਾਲ ਮਿਕਸ ਕਰਨਾ ਹੈ, ਨਹੀਂ ਤਾਂ ਅਰਬੀ ਜਿਹੜੀ ਹੈ ਉਹ ਬਿਲਕੁਲ ਟੁੱਟ ਵੀ ਜਾਂਦੀ ਹੈ। ਬਹੁਤ ਧਿਆਨ ਨਾਲ ਮਿਕਸ ਕੀਤਾ ਹੈ। ਹੁਣ ਸਬਜ਼ੀ ਨੂੰ ਆਪਾਂ 2 ਮਿੰਟ ਮੀਡੀਅਮ ਫਲੇਮ 'ਤੇ ਟੱਕ ਕੇ ਪਕਾ ਲਵਾਂਗੇ ਤਾਂ ਕਿ ਮਸਾਲਿਆਂ ਦੇ ਸਾਰੇ ਫਲੇਵਰ ਚੰਗੀ ਤਰ੍ਹਾਂ ਅਰਬੀ ਦੇ ਅੰਦਰ ਤੱਕ ਜਾ ਸਕਣ। ਅਤੇ ਹੁਣ ਆਪਾਂ ਸਬਜ਼ੀ ਨੂੰ 2 ਮਿੰਟ ਮੀਡੀਅਮ ਫਲੇਮ 'ਤੇ ਟੱਕ ਕੇ ਪਕਾ ਲਿਆ ਹੈ ਅਤੇ 1 ਵਾਰ ਫਿਰ ਤੋਂ ਆਪਾਂ ਸਬਜ਼ੀ ਨੂੰ ਹਿਲਾ ਕੇ ਦੇਖਾਂਗੇ। ਅਤੇ ਹੁਣ ਆਪਾਂ ਅਰਬੀ ਚੈੱਕ ਕਰਾਂਗੇ ਕਿਸ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਹੈ। ਚਮਚ ਨਾਲ ਆਪਾਂ ਇਹਨੂੰ 1 ਵਾਰੀ ਮੈਸ਼ ਕਰਕੇ ਦੇਖਾਂਗੇ। ਤੁਸੀਂ ਦੇਖ ਸਕਦੇ ਹੋ ਅਰਬੀ ਕਿੰਨੀ ਵਧੀਆ ਤਰੀਕੇ ਨਾਲ ਮੈਸ਼ ਹੋ ਗਈ ਹੈ। ਅਰਬੀ ਆਪਣੀ ਬਿਲਕੁਲ ਵਧੀਆ ਤਰੀਕੇ ਨਾਲ ਪਰਫੈਕਟ ਪੱਕ ਚੁੱਕੀ ਹੈ। ਹੁਣ ਆਪਣੀ ਬਹੁਤ ਹੀ ਟੇਸਟੀ, ਇੱਕਦਮ ਮਸਾਲੇਦਾਰ, ਬਹੁਤ ਹੀ ਚਟਪਟੀ ਅਰਬੀ ਬਣ ਕੇ ਤਿਆਰ ਹੈ। ਬਹੁਤ ਹੀ ਵਧੀਆ ਅਰਬੀ ਦੀ ਸਬਜ਼ੀ ਬਣ ਕੇ ਤਿਆਰ ਹੋਈ ਹੈ।
ਤੁਸੀਂ ਇਸ ਸਬਜ਼ੀ ਨੂੰ ਰੋਟੀ ਪਰਾਂਠੇ ਕਿਸੇ ਵੀ ਚੀਜ਼ ਨਾਲ ਇੰਜੋਏ ਕਰ ਸਕਦੇ ਹੋ, ਬਹੁਤ ਵਧੀਆ ਲੱਗਦੀ ਹੈ। ਤੁਸੀਂ ਇਸ ਸਬਜ਼ੀ ਨੂੰ ਟਿਫਨ ਬਾਕਸ ਵਿੱਚ ਵੀ ਲੈ ਕੇ ਜਾ ਸਕਦੇ ਹੋ, ਬਹੁਤ ਹੀ ਮਜ਼ੇਦਾਰ ਲੱਗਦੀ ਹੈ। ਤੁਹਾਨੂੰ ਮੇਰੀ ਅੱਜ ਦੀ ਅਰਬੀ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ, ਅਤੇ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਤਾਂ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਅਤੇ ਡਿਲੀਸ਼ੀਅਸ ਰੈਸਪੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।